ਅਫਲਾਤ ਉਹ ਨਵਲਤਾ ਇਕੀ ਵੰਗ ਮਾਗੀ ਹੈ ਰਾਂਸੀ ਇਹ ਕਾਣੀ ਕੀ ਬਣੀ ਆਇਆ ਹੋਵੇ ਮਿਲ ਕੇ ਬੀਬੂ ਇਹਦੇ ਅੰਦਰੋਂ ਤਾਂ ਚੰਗਿਆੜੇ ਨਿਕਲਣੇ ਚਾਹੀਦੇ ਸੀ ਇਹ ਧੂੰਈ ਗਾਰੇ 'ਚ ਬਹਿ ਗਿਆ ਜਿਵੇਂ ਕੁੜੀ ਦੱਬ ਕੇ ਆਇਆ ਹੋਵੇ ਕੀ ਗੱਲ ਹੋ ਗਈ ਰਾਂਝਾ ਮਸ਼ੂਕ ਨੇ ਡੰਗ ਤਾਂ ਨਹੀਂ ਮਾਰਿਆ ਘੜੇ 'ਚੋਂ ਪਾਣੀ ਦਾ ਗਲਾਸ ਭਰਦਿਆਂ ਮਾਗੀ ਨੇ ਛੇੜਿਆ ਉਹ ਨਹੀਂ ਲੰਗਿਆ ਬਦੀ ਚੰਦ ਗੱਲਾਂ ਕਰਨ ਦੇ ਰੌਂਸ ਨਹੀਂ ਸੀ ਕਿਸਿਆਂ ਵਾਲੇ ਕਵੀਸ਼ਰ ਗਾਉਂਦੇ ਹੁੰਦੇ ਆ ਵੈਲਣ ਰੰਨ ਨਾਗਣ ਵਰਗੀ ਹੁੰਦੀ ਐ ਉਹਦਾ ਡੰਗਿਆ ਪਾਣੀ ਨਹੀਂ ਮੰਗਦਾ ਤੈਨੂੰ ਪਾਣੀ ਪਿਆਵਾਂ ਮਾਗੀ ਕੋਲੋਂ ਦਾ ਮਸਹੂਸੀਆ ਮੂੰਹ ਚੱਲਿਆ ਨਹੀਂ ਸੀ ਜਾਂਦਾ ਬਿਦਿ ਚੰਦ ਉੱਪਰ ਉਹਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਤਾਂ ਫਿਰ ਯਾਰ ਨੇ ਪਾਣੀ ਵੀ ਨਹੀਂ ਪੀਣਾ ਮਾਗੀ ਠੱਲਾ ਜਿਹਾ ਬੋਲਿਆ ਉਹ ਪਾਣੀ ਤਾਂ ਪੀ ਲਾਂਗੇ ਯਾਰ ਪਰ ਬੀਬੋ ਨਾਲ ਤਾਂ ਬਾਲਾ ਹੀ ੱੱੱਕਾ ਹੋਇਆ ਐਹੋ ਜੀ ਕੀ ਜੱਗੋਂ ਤੇਰਵੀ ਹੋਗੀ ਉਹਦੇ ਨਾਲ ਕਾਰਾਂ ਕੋਠੀਆਂ ਵਾਲੇ ਨਾਲ ਵਿਆਹੀ ਐ ਜ਼ਮੀਨ ਐਨੀ ਐ ਕੁੜੀ ਤੇ ਚੜਕੇ ਵੀ ਢੇੜਾ ਨਹੀਂ ਦਿੱਤਾ ਜਾਂਦਾ ਉਹ ਗੱਲ ਜ਼ਮੀਨਾ ਕੁੱਠੀਆਂ ਦੀ ਨਹੀਂ ਹੁੰਦੀ ਫਿਰ ਤੂੰ ਬੁੜੀ ਦੇ ਪਾਟੇ ਕੰਨਾਂ ਦੀ ਗੱਲ ਕਰਦਾ ਇਹੋ ਜੀਆਂ ਬੁੜੀਆਂ ਦੇ ਘਰੀ 20-20 ਡਾਕੇ ਪਏ ਆ ਮਾਗੀ ਨਹੀਂ ਲਾਪਰਵਾਹੀ ਨਾਲ ਕਿਹਾ ਇੰਨਾ ਸੋਚਣ ਲੱਗ ਪੇ ਤਾਂ ਕਰ ਲਿਆ ਧੰਦਾ ਆਪਾ ਉਹ ਮੈਂ ਤਾਂ ਯਾਰ ਬੀਬੋ ਦੇ ਪ੍ਰਾਣੇ ਦੀ ਗੱਲ ਕਰਦਾ ਉਹ ਤਾਂ ਜਮਾ ਹੀ ਬੁੜਾ ਹੈ ਮਾਗੀ ਖੰਗੀ ਜਾਵੇ ਜਿਵੇਂ ਟੀਵੀ ਹੋਈ ਹੁੰਦੀ ਹੈ ਦੱਸਿਆ ਤਾਂ ਸੀ ਤੈਨੂੰ ਉਹ ਤਾਂ ਜਮਾ ਖੜਕਿਆ ਪਿਆ ਵਿਦੀ ਚੰਦਾ ਮਾਗੀ ਸੱਚੀ ਗੱਲ ਦੱਸਾਂ ਜਦੋਂ ਬੀਬੀ ਮੇਰੇ ਬੀਬੂ ਮੇਰੇ ਕੋਲ ਖੜੀ ਸੀ ਮੈਨੂੰ ਐਂ ਲੱਗਿਆ ਜਿਵੇਂ ਉਹਦਾ ਸਰੀਰ ਸੇਕ ਮਾਰਦਾ ਹੋਵੇ ਘਰ ਵਾਲਾ ਜਮਾਂ ਠੰਡਾ ਖੰਗੀ ਜਾਵੇ ਹੋਂਕੀ ਜਾਵੇ ਦੁਰਫਿੱਟੇ ਮੂੰਹ ਇਹੋ ਜਿਹਾ ਵਿਆਹ ਦਾ ਮੈਨੂੰ ਤਾਂ ਬੀਬੂ ਇਹੋ ਜੀ ਵਿਧਵਾ ਲੱਗਦੀ ਹੈ ਜਿਹਦਾ ਘਰ ਵਾਲਾ ਜੇ ਮਰਿਆ ਨਾ ਹੋਵੇ ਮਾਗੀ ਨੇ ਦੇਖਿਆ ਵਿਦੀ ਚੰਦ ਸੱਚੀ ਮਨੋਂ ਦੁਖੀ ਹੋਇਆ ਬੈਠਾ ਸੀ ਉਹ ਚੁੱਪ ਰਿਹਾ ਵਿਦੀ ਚੰਦ ਨੂੰ ਸੁਣੀ ਗਿਆ ਹੋਇਆ ਜੇ ਵੀ ਆਪਣੀ ਪੜਾਅਸ ਕੱਢਣ ਲੱਗਾ ਹੋਇਆ ਸੀ ਕੰਜਰੋ ਪੈਸੇ ਨੂੰ ਅੱਗ ਲਾਉਣੀ ਹੈ ਕੋਈ ਹਾਨ ਪਰਵਾਨ ਦਾ ਮੁੰਡਾ ਤਾਂ ਲੱਭ ਲਓ ਕਾਲ ਤਾਂ ਨਹੀਂ ਸੀ ਪੈ ਗਿਆ ਮੁੰਡਿਆਂ ਦਾ ਵਿਦੀ ਚੰਦ ਨੀਵੀਂ ਪਾ ਕੇ ਚੋਰਾ ਕਰਨ ਲੱਗਾ ਕਰ ਲਈ ਗੱਲ ਮਾਗੀ ਨਹੀਂ ਖਿੱਚ ਕੇ ਪੱਛਿਆ ਵਿਦੀ ਚੰਦ ਕੁਛ ਨਹੀਂ ਬੋਲੇ ਤੂੰ ਬੀਬੋ ਨੂੰ ਦੇਖਣਾ ਸੀ ਵੇਖ ਲਈ ਉਹਦੇ ਨਾਲ ਗੱਲਾਂ ਕਰਨੀਆਂ ਸੀ ਕਰ ਲਈਆਂ ਹੁਣ ਉਠਾਂਗੂ ਬੁੱਲਕਾ ਨੂੰ ਲਮਕਾਏ ਚੱਲ ਛੱਡ ਮਾਗੀ ਵਿਦੀ ਚੰਦ ਨੇ ਸਿਰ ਝਟ ਗਿਆ ਛੱਡਣਾ ਹੀ ਪੈਣਾ ਹੁਣ ਉਹਦੇ ਬਾਅਦ ਚ ਥੋੜਾ ਹੀ ਖੜੇ ਰਹਿਣ ਗੱਲ ਸੁਣ ਮੇਰੀ ਧਿਆਨ ਨਾਲ ਰਾਤੀ ਪਤਾ ਲੱਗਿਆ ਮੈਨੂੰ ਮੈਂ ਤਾਂ ਚੁੱਪ ਰਿਆ ਬਾਈ ਤੂੰ ਪਹਿਲਾਂ ਬੀਬੂ ਵਾਲੀ ਵੇਖਾ ਵਖਾਈ ਕਰ ਹੀ ਲਵੇਂ ਨਹੀਂ ਤਾਂ ਤੇਰੀ ਸੁਤਾ ਉਹਦੇ ਚ ਹੀ ਰਹਿਣੀ ਸੀ ਕੀ ਗੱਲ ਹੋ ਗਈ ਵਿਧੀ ਚੰਦ ਨੇ ਫਿਕਰ ਨਾਲ ਪੁੱਛਿਆ ਉਹ ਗੱਲ ਤਾਂ ਬਹੁਤ ਵੱਡੀ ਹੈ ਤੇ ਜੇ ਗੱਲ ਬਣ ਗਈ ਵੱਡੀ ਵੀ ਹੈ ਨਹੀਂ ਹੁਣ ਤੂੰ ਵੀ ਬੁਝਾਰਤਾ ਪਾਉਣ ਲੱਗ ਪਿਆ ਕਾਲਾ ਕਿਉ ਪੈਨ ਗੱਲ ਇਹ ਹੈ ਰਾਤ ਮੇਰਾ ਛੋਟਾ ਭਾਈ ਆਪਣੀ ਘਰ ਵਾਲੀ ਨਾਲ ਗੱਲਾਂ ਕਰਦਾ ਸੀ ਛੋਟੀ ਪਰਜਾਈ ਦੇ ਮਾਮੇ ਦਾ ਸੰਦੂ ਕੈਨੇਡਾ ਚ ਹੈ ਸੰਦੂ ਦੇ ਮਾਪਿਓ ਆਏ ਐ ਕੱਸੀ ਪਾਰ ਕਰਕੇ ਪਿੰਡ ਐ ਖੇਤਾਂ ਚ ਕੋਠੀ ਪਾਈ ਐ ਦੋਵੇਂ ਤਿੰਵੀਂ ਖਸਮ ਕੱਲੇ ਨਹੀਂ ਨਾ ਮੈਨੂੰ ਕਿ ਦੱਸੀ ਜਾਣਾ ਇਹ ਵਿਦੀ ਚੰਨ ਨੇ ਟੋਕਿਆ ਓਏ ਹੁਣ ਦਿਮਾਗ ਚ ਬੀਬੋ ਕੱਢ ਦੇ ਮੈਂ ਤਾਂ ਦੱਸਣ ਲੱਗਿਆ ਕੈਨੇਡਾ ਤੋਂ ਮਾਲ ਮੱਤਾ ਵਾਧੂ ਲਿਆਏ ਹੋਣਗੇ ਆਪਣੇ ਤਾਂ ਜਾਣ ਦੀ ਘੋਲ ਐ ਵੈਨੀਆਂ ਹੀ ਟੀਕਾ ਲਾਈ ਮੱਝਾਂ ਨੂੰ ਪਸਮ ਜਾਣਗੇ ਗੱਲ ਕਰਕੇ ਮਾਗੀ ਨੇ ਅੱਖਾਂ ਦੇ ਪਰਵੱਟੇ ਨਚਾਏ ਜਿਵੇਂ ਪੁੱਛ ਰਿਹਾ ਹੋਵੇ ਕਿਵੇਂ ਐ ਮੇਰੀ ਸਕੀਮ ਓ ਜੀ ਆਪਣੇ ਕੋਲ ਬਥੇਰੇ ਐ ਖਰਚਣ ਨੂੰ ਮਾਗੀ ਵਿਦੀ ਚੰਨ ਨੇ ਰੁਚੀ ਨਾ ਵਿਖਾਈ ਬਿਧੀ ਜੰਦਾ ਆਪਾਂ ਇੱਕ ਹਥਿਆਰ ਲੈਣਾ ਜ਼ਰੂਰ ਪਤਾ ਨਹੀਂ ਕਿਹੜੇ ਵੇਲੇ ਮੁਸੀਬਤ ਪੈ ਜਾਈ ਤੂੰ ਤਾਂ ਫੌਜੀ ਹੈ ਹਥਿਆਰ ਬਿਨਾ ਕਾਹਦਾ ਫੌਜੀ ਹੁਣ ਤਾਂ ਜਣਾ ਖਣਾ 47 ਚੱਕੀ ਫਿਰਦਾ ਡੱਬ ਚ ਹੋਵੇ 6 ਗੋਲੀ ਦਾ ਕਬੂਤਰ ਹੌਸਲਾ ਹੀ ਹੁੰਦਾ ਹੋਰ ਕੀ ਹੈ ਸੇਰ ਲਹੂ ਵਦਿਆ ਹੁੰਦਾ ਮਾਗੀ ਨਿਵੈਲੀਆਂ ਦੇ ਕਿਸੇ ਸੁਨੇ ਹੋਏ ਸੀ ਹੁਣ ਵੀ ਉਹ ਪੂਰੇ ਜੋਸ਼ ਚ ਸੀ ਬਿਦੀਚੰਦ ਮਾਗੀ ਦੀਆਂ ਗੱਲਾਂ ਸੁਣ ਕੇ ਸੋਚੀ ਪੈ ਗਿਆ ਫਿਰ ਬੋਲੇ ਆਪਾਂ ਨੂੰ ਇੱਕ ਦਿਨ ਪਹਿਲਾਂ ਘਰੋਂ ਨਿਕਲਣਾ ਪਊ ਜਾਣ ਪਛਾਣ ਵਾਲਿਆਂ ਨੂੰ ਦੱਸੀਏ ਅਸੀਂ ਤਾਂ ਚਿੰਤਪੁਰਨੀ ਚੱਲੇ ਹਾਂ ਮੱਥਾ ਟੇਕਣ ਮਾਗੀ ਨੇ ਲੋੜ ਨਾਲੋਂ ਵੱਧ ਸਿਰ ਹਲਾਇਆ ਹਾਂ ਮੈਂ ਬਿਛਨੇ ਪਖਰ ਵਾਲੇ ਕੋਲ ਕਹੂੰ ਬਿਦੀਚੰਦ ਨੇ ਸੁੱਖ ਪੂਰੀ ਕਰਨੀਆਂ ਚਿੰਤਪੁਰਨੀ ਚੱਲੇ ਹਾਂ ਦੋ ਚਾਰ ਦਿਨ ਲੱਗ ਜਾਣਗੇ ਹੁਣ ਤੂੰ ਸਮਝਦਾਰ ਹੋ ਗਿਆ ਮਾਗੀ ਬਿਦੀਚੰਦ ਹੱਸਿਆ ਉਫੋ ਜੀਆ ਮੈਂ ਤਾਂ ਪਹਿਲਾਂ ਵੀ ਇੰਨਾ ਹੀ ਸਿਆਣਾ ਸੀ ਪਰ ਮੂਰਖਾਂ ਚ ਸਿਆਣੇ ਬੰਦੇ ਦੀ ਕਦਰ ਹੀ ਕੋਈ ਨਹੀਂ ਹੁੰਦੀ ਮੈਂ ਵੀ ਫਿਰ ਮੂਰਖਾਂ ਚੋਂ ਹੀ ਹੋਇਆ ਉਹ ਨਹੀਂ ਨਹੀਂ ਤੈਨੂੰ ਛੱਡ ਕੇ ਤੂੰ ਤਾਂ ਯਾਰ ਇੱਕੋ ਇੱਕ ਨਰ ਬੰਦਾ ਹੈ ਕੋਠਿਆਂ ਚ ਮਾਗੀ ਨੇ ਅੱਗਾ ਵੜਿਆ ਹੁਣ ਤੈਨੂੰ ਮਰਾਸੀ ਪੁਣਾ ਵੀ ਆ ਗਿਆ ਦੋਵੇਂ ਹੱਸਣ ਲੱਗੇ ਤੂੰ ਐਂ ਕਰ ਮਾਗੀ ਆਪਣੇ ਕੱਚੇ ਤੇ ਕਾਲੇ ਮੁਗਲੈਲ ਮੋਬਿਲਾਇਲ ਦੀ ਪੀਪੀਕ ਪਲਾਸਟਿਕ ਦੇ ਵੱਡੇ ਝੋਲੇ ਚ ਪਾ ਲਾ ਕੀ ਖੁਰ ਛੋਲੇ ਚ ਆਪਣੇ ਦੂਜੇ ਕਪੜੇ ਰੱਖ ਲੈ ਤੇ ਹਾਂ ਇੱਕ ਤੀਲਾਂ ਵਾਲੀ ਡੱਬੀ ਜ਼ਰੂਰ ਪਾ ਲਈ ਚੇਤੇ ਨਾਲ ਤੀਲਾਂ ਵਾਲੀ ਡੱਬੀ ਕੀ ਕਰਨੀ ਹੈ ਮਾਗੀ ਹੈਰਾਨ ਹੋਇਆ ਪੁੱਛੀ ਤਾਂ ਨਹੀਂ ਹੁੰਦਾ ਚੀਜ਼ ਕੋਲ ਹੋਵੇ ਕਿਤੇ ਕੰਮ ਆ ਜਾਂਦੀ ਹੈ ਤੁਰੀਏ ਕਦੋਂ ਮਾਗੀ ਉਤਾਵਲਾ ਹੋ ਗਿਆ ਸਮਾਨ ਪਾ ਛੋਲਿਆਂ ਚ ਆਪਾਂ ਅੱਜ ਹੀ ਰਾਤ ਨੂੰ ਨਿਕਲ ਜਾਣਾ ਵਿਧੀ ਚੰਦ ਦੀ ਗੱਲ ਤੇ ਮਾਗੀ ਛਾਲ ਮਾਰ ਕੇ ਉੱਠਣ ਲੱਗਾ ਉਦੋਂ ਹੀ ਭੰਤੋਂ ਰਾਦੀਆਂ ਰੋਟੀਆਂ ਪਕਾਉਣ ਆ ਗਈ ਮਾਗੀ ਥਾਂ ਇ ਬੈਠ ਗਿਆ ਮੂੰਹ ਤਾਂ ਚੁੱਕ ਕੇ ਬੋਲਿਆ ਤੇ ਫੇਰ ਸੂਬੇਦਾਰਾ ਬਿਦੀ ਚੰਦ ਨੇ ਗਿੱਚੀ ਚ ਧੌੜ ਮਾਰੀ ਤੇ ਕੋਸੂ ਬੇਦਾਰ ਦਾ ਚੱਲ ਫੁੱਟ ਐ ਤੂੰ ਬਿਦੀ ਚੰਦ ਨੇ ਹੁਕਮ ਦੇਣ ਵਾਂ ਗਿਆ ਮੱਗੀ ਢਿੱਲੇ ਜੇ ਮਨ ਨਾਲ ਉੱਠਿਆ ਤਾਂ ਵੇਲੇ ਨਾਲ ਹੀ ਆ ਜੀ ਦਾ ਇੱਕ ਹੋਰ ਹੁਕਮ ਉਹਨੂੰ ਗਿੱਟਿਆਂ ਵਿੱਚ ਵੱਜਾ ਮਹਿਸੂਸ ਹੋਇਆ ਬੰਦੇ 'ਚ ਕੋਈ ਕਾਣ ਵੀ ਨਾ ਹੋਵੇ ਪੰਤੋ ਵੱਲ ਟੇਢੀ ਅੱਖ ਝਾਕਦਾ ਮੱਗੀ ਤੁਰ ਗਿਆ ਪੰਤੋ ਦਾ ਹਾਸਾ ਨਿਕਲ ਗਿਆ ਸਾਰੇ ਕੋਠਿਆਂ 'ਚ ਖਬਰ ਸੁਆਦ ਲੈ ਲੈ ਕੇ ਇੱਕ ਦੂਜੇ ਨੂੰ ਸੁਣਾਈ ਗਈ લાલેਆਂ ਦਾ ਵਿਧੀਆ ਤੇ ਛੜਿਆਂ ਦਾ ਮਾਗੀ ਚੰਤਪੁਰਨੀ માતા ਦੇ ਸੁੱਖ ਲਾਉਣ ਗਏ ਐ। ਤੀਵੀਆਂ ਹੈਰਾਨ ਹੋਈਆਂ। ਮਾਗੀ ਦੀ ਛੋਟੀ ਪਰਜਾਈ ਜਰਾ ਚੱਕਮੀ ਸੀ। ਉਹਨੂੰ ਨੰਬਰਦਾਰਾਂ ਦੀ ਨੂੰਨੇ ਪੁੱਛਿਆ। ਨਹੀਂ ਕਾਦੀ ਸੁੱਖ ਲਾਉਣ ਗਿਆ ਤੇਰਾ ਜੇਠ। ਕੀ ਪਤਾ ਲੱਗੇ ਹੁਣ। ਕਿਹੜਾ ਕਿਸੇ ਕੁਲਤੇ ਡਹੌਲਾ ਕਰਦਾ ਭਾਈ ਜੀ। ਇਕੱਲੇਾਰੇ ਬੰਦੇ ਨੂੰ ਸੌ ਦੁੱਖ ਹੁੰਦੇ ਆ ਤੂੰ ਪਤਾ ਕਰ ਲੈਣਾ ਸੀ। ਤੇਰੇ ਤਾਂ ਦਿਹੁਰਾਂ ਦੇ ਥਾਂ ਲੱਗਦਾ। ਮਾਗੀ ਦੀ ਪਰਜਾਈ 21 ਨੂੰ 31 ਹੋ ਕੇ ਟੱਕਰੀ। ਨੰਬਰਦਾਰਾਂ ਦੀ ਨੂੰ ਹਾਰੇ ਅੱਗ ਪਾਉਣ ਦੇ ਬਹਾਨੇ ਖਿਸਕ ਚਲੀ ਨੀ ਖੜਤਾ ਜਾ ਪੈਣੀ ਮਾਗੀ ਦੀ ਪਰਜਾਈ ਨੇ ਹਾਕ ਮਾਰੀ ਮੇਰੀ ਗੱਲ ਤਾਂ ਸੁਣ ਨੰਬਰਦਾਰਾਂ ਦੀ ਨੂੰ ਮੁੜ ਪਈ ਸੁਣਿਆ ਲਾਲਿਆਂ ਦਾ ਵਿਧਿਆ ਵੀ ਨਾਲ ਗਿਆ ਭਾਈ ਜੀ ਦੇ ਆਹੋ ਦੋਵੇਂ ਗਏ ਨੇ ਨੰਬਰਦਾਰਾਂ ਦੀ ਨੂੰ ਨੇ ਦੱਸਿਆ ਦੋਹਾਂ ਦਾ ਦੁੱਖ ਸੁੱਖ ਤਾਂ ਭੰਤੋ ਮਜਬਣੀ ਵਢਾ ਦਿੰਦੀ ਹੋ ਫੇਰ ਕਾ ਤੋ ਉੱਠ ਗਏ ਤੈਨੂੰ ਪਤਾ ਹੋ ਮੈਨੂੰ ਕੀ ਪਤਾ ਹੋਣਾ ੜਿਆ ਉਹੀ ਇੱਕ ਗੱਲ ਐ ਦੇਖੀਏ ਭੰਤੋ ਤੂੰ ਆਹੋ ਦੇਖੀ ਕਿਉਂ ਨਹੀਂ ਸਰਪੰਚਾਂ ਦਾ ਗੋਹਾ ਗੂੜਾ ਨਿੱਤ ਕਰਨ ਆਉਂਦੀ ਐ ਕਿੰਨੀ ਮਰਨ ਮਿੱਟੀ ਚੜੀ ਐ ਹਰਾਮਣ ਤੇ ਮੱਛਰੀ ਰਹੁ ਸਾਰਾ ਦਿਨ ਕਿਵੇਂ ਮਰੋੜੇ ਮਾਰ ਕੇ ਤੁਰੂ ਸਾਡੀ ਜਾਣਦੀ ਐ ਜੁੱਤੀ ਮਾਗੀ ਦੀ ਪਰਜਾਈ ਨੇ ਅੰਗੂਠਾ ਦਿਖਾਇਆ ਕੁੱਤੀ ਜੱਟੀਆਂ ਨਾਲੋਂ ਸੋਹਣੀ ਐ ਤੂੰ ਦੋ ਦੋ ਹੰਡਾ ਕੇ ਵੇਖ ਲਾ ਪੰਤੂ ਵਾਂਗੂ ਨਿੱਖਰ ਜੇਂਗੀ ਦਿਨਾਂ ਚ ਮਾਗੀ ਦੀ ਪਰਜਾਈ ਨੇ ਛੇੜਿਆ ਮੈਂ ਤਾਂ ਅੱਗ ਨਹੀਂ ਲਾਉਂਦੀ ਇਹੋ ਜਿਹਿਆਂ ਨੂੰ ਜਿਉਂਦਾ ਰਵੇ ਨੰਬਰਦਾਰ ਦਾ ਪੁੱਤ ਤੂੰ ਵੇਖ ਲਾ ਜੇ ਸਰਦਾ ਨਹੀਂ ਤਾਂ ਨੰਬਰਦਾਰ ਦੀ ਨੂ ਵੀ ਘਟ ਨਹੀਂ ਸੀ ਮਾਗੀ ਦੀ ਪਰਜਾਈ ਮੋੜਵਾਨ ਜਵਾਬ ਦੇਣ ਲੱਗੀ ਸੀ ਸਾਹਮਣੇ ਬਿਛਨੇ ਦਾ ਪਿਓ ਹੱਥ 'ਚ ਖੁੰਡਾ ਫੜੀ ਆਉਂਦਾ ਦਿਸਿਆ ਮਾਗੀ ਦੀ ਪਰਜਾਈ ਨੇ ਨਹੀਂ ਅਟਾਂਡੇ ਪੰਨਾਂ ਦਾ ਬਾਬਾ ਹੁੰਦਾ ਹੈ ਕਿ ਆ ਕੇ ਖੁੰਡ ਕੱਢ ਲਿਆ ਫਿਰ ਦੋਵੇਂ ਆਪਣੇ ਰਾਹ ਤੁਰ ਪਈਆਂ ਮਿਸਤਰੀਆਂ ਦੇ ਘਰਾਂ ਵੱਲੋਂ ਚੰਨਣ ਲੋਹਾਰ ਦਾ ਮੁੰਡਾ ਮਾਸਟਰ ਗੁਰਤੇਜ ਹੱਥ 'ਚ ਅਖਬਾਰ ਖੜੀ ਮੰਡੀ ਵਾਲੇ ਪਾਸੇ ਦੀ ਸੱਤਵਲ ਜਾ ਰਿਹਾ ਸੀ ਬਿਛਨੇ ਦੇ ਪਿਓ ਨੂੰ ਵੇਖ ਕੇ ਬੋਲੇ ਤਾਇਆ ਸੱਸੀ ਕਾਲ ਸਾਸਰੀ ਕਾਲ ਬਈ ਸੌਆ ਉਹ ਖੜ ਕੇ ਮੁੰਡੇ ਨੂੰ ਪਛਾਣਨ ਲੱਗਾ ਇਨੇ ਚਿਰ ਤੋਂ ਗੁਰਤੇਜ ਜੱਗੇ ਲੰਘਿਆ ਸਾਥ ਵਾਲੇ ਬੋੜੇ ਹੀਠਾਂ ਥੜੇ ਉੱਪਰ ਕਾਫੀ ਰੌਣਕ ਸੀ ਹੁਣ ਇੱਥੇ ਪੰਚਾਇਤ ਨੇ ਇੱਕ ਵੱਡਾ ਤਖਤਕੋਸ਼ ਬਣਵਾ ਕੇ ਰੱਖਤਾ ਸੀ ਇੱਕ ਪਾਸੇ ਢੋਅ ਤੇ ਲਿਖਿਆ ਸੀ ਤਖਤਕੋਸ਼ ਉੱਤੇ ਜੁੱਤੀ ਲੈ ਕੇ ਚੜਨ ਵਾਲੇ ਨੂੰ 10 ਰੁਪਏ ਜੁਰਮਾਨਾ ਜਾਂ 10 ਜੁੱਤੀਆਂ ਮਾਸਟਰ ਗੁਰਤੇਜ ਨੂੰ ਵੇਖ ਕੇ ਸਾਰੇ ਖੁਸ਼ ਹੋ ਗਏ 12 ਟਾਣੀ ਦੀ ਖੇਡ ਫੌਰਨ ਬੰਦ ਕਰਤੀ ਸੀਪ ਦੀ ਬਾਜ਼ੀ ਰੋਕਤੀ ਮੀਹਾ ਸਿੰਘ ਸਰਪੰਚ ਤੇ ਨੰਬਰਦਾਰ ਤਖਤਕੋਸ਼ ਉੱਪਰ ਬੈਠੇ ਸੀ ਥੜੇ ਉੱਪਰ ਬੂਰੀਆਂ ਦੀਆਂ ਪੱਲੀਆਂ ਵਿਚਾਈ ਬਹੁਤ ਜਣੇ ਬੈਠੇ ਸੀ ਮਜਬੀ ਸਿੱਖਾਂ ਦਾ ਕਾਲੀ ਨੰਨਜਨ ਉਹਨਾਂ ਦੇ ਗੁਰਦੁਆਰੇ ਦਾ ਪਾਠੀ ਗੇਜੂ ਸਿੰਘ ਆਲਾ ਬੈਠਾ ਸੀ ਬੋਲਿਆਂ ਦਾ ਆਤੂ ਦਾ ਪਿਓ ਵੀ ਸੀ ਸਰਪੰਚ ਅੱਜ ਚਿੱਟੀ ਪੱਗ ਲਾ ਕੇ ਕੇਸਰੀ ਬੰਨੀ ਬੈਠਾ ਸੀ ਆਹ ਬਈ ਮਾਸਟਰ ਕੀ ਆਂਦਾ ਤੇਰਾ ਖਬਰ ਨੰਬਰਦਾਰ ਨੇ ਉਹਦੇ ਬੈਠਣ ਲਈ ਥਾਂ ਬਣਾਉਂਦੇ ਪੁੱਛਿਆ ਚੰਗੀਆਂ ਖਬਰਾਂ ਨਹੀਂ ਆ ਚਾਚਾ ਗੁਰਤਾਜ ਗੁਰਤੇ ਨੇ ਅਖਬਾਰ ਨਾਲ ਫੱਟਾ ਛਾੜਦਿਆਂ ਕਿਆ ਖਬਰਾਂ ਚੰਗੀਆਂ ਵੀ ਹੁੰਦੀਆਂ ਅਸੀਂ ਤਾਂ ਸਮਝਦੇ ਅਖਬਾਰ ਹੁੰਦੇ ਹੀ ਪਹਿੜੀਆਂ ਖਬਰਾਂ ਦੱਸਣ ਨੂੰ ਐ ਮੀਹਾਂ ਸਿੰਘ ਨੇ ਕਿਹਾ ਸਹੀ ਆਖਦਾ ਬਾਬਾ ਗੁਰਤੇਜ ਬੋਲੇ ਅਖਬਾਰ ਭਰਿਆ ਪਿਆ ਪੁਲਿਸ ਮੁਕਾਬਲੇ ਕਤਲ ਬਲਾਤਕਾਰ ਲੁੱਟਾਂ ਘੋਹਾਂ ਡਾਕੇ ਕਦੇ ਕਾਲੇ ਕੱਛਿਆਂ ਵਾਲੇ ਫਲਾਣੇ ਥਾਂ ਚਾਰ ਅਤਵਾਦੀ ਮਾਰੇ ਗਏ ਠਿੰਮਕੇ ਥਾਂ ਤੋਂ ਅਤਵਾਦੀਆਂ ਨੇ ਥਾਣੇ ਤੇ ਹਮਲਾ ਕਰਕੇ ਛੇ ਸਪਾਈ ਮਾਰਦੇ ਇੱਕ ਬਸ ਤੋਂ ਹਿੰਦੂ ਕੱਢ ਕੇ ਮਾਰਦੇ ਭਿੰਡਰਾਂ ਵਾਲੇ ਬਾਬੇ ਨੇ ਕਿਹਾ ਹਥਿਆਰ ਤੇ ਮੋਟਰਸਾਈਕਲ ਖਰੀਦੋ ਕਾਂਗਰਸ ਕਹੀ ਜਾਂਦੀ ਐ ਸਿੱਖ ਖਾਲਿਸਤਾਨ ਮੰਗਦੇ ਐ ਕਾਲੀ ਕਹੀ ਜਾਂਦੇ ਐ ਕਾਂਗਰਸ ਸਾਨੂੰ ਭਾਰਤ ਦੇ شہری ਨਹੀਂ ਸਮਝਦੀ ਕੀ ਕੀ ਪੜ ਕੇ ਸੁਣਾਵਾਂ ਹਾਲਤ ਬਹੁਤ ਮਾੜੀ ਹੋਈ ਪਈ ਐ ਦੇਸ਼ ਦੀ ਦੇਸ਼ ਦੀ ਕਾ ਨੂੰ ਆਪਣੇ ਪੰਜਾਬ ਦੀ ਗੁਰਤੇਜ ਦੇ ਚਿਹਰੇ ਤੇ ਚਿੰਤਾ ਤੇ ਪਰੇਸ਼ਾਨੀ ਵੇਖ ਕੇ ਸਾਰੇ ਚੁੱਪ ਹੋਏ ਬੈਠੇ ਸੀ ਜਿਵੇਂ ਉਹਨੇ ਦੱਸਿਆ ਸੀ ਬਹੁਤ ਬੁਰੇ ਦਿਨ ਸੀ ਰੌਲਾ ਕੀ ਐ ਵਿੱਚੋਂ ਪਿੰਡਾਂ ਵਾਲਿਆਂ ਨੂੰ ਸਮਝ ਨਹੀਂ ਸੀ ਆਉਂਦੀ ਤਾਣੀ ਉਲਜੀ ਕਿਉਂ ਜਾਂਦੀ ਐ ਰੌਲਾ ਇੱਕ ਨਹੀਂ ਐ ਬਾਬਿਓ ਅੱ ਦਿੱਲੀ ਖੇਡਾਂ ਹੋਈਆਂ ਸੀ ਨਾ ਹਰਿਆਣੇ ਵਾਲਿਆਂ ਨੇ ਇੱਕ ਵੀ ਸਿੱਖ ਸੜਕ ਰਾਹੀਂ ਦਿੱਲੀ ਨਹੀਂ ਜਾਣਤਾ ਸਾਰੇ ਸਿੱਖ ਤਾਂ ਨਹੀਂ ਹੱਤਵਾਦੀ ਬਣ ਗਏ ਗੁੱਸਾ ਤਾਂ ਭੜਕੂਗਾ ਹੀ ਪੰਜਾਬ ਦੇ ਪੜੇ ਲਿਖੇ ਮੁੰਡੇ ਕੱਚਾਂ 'ਚ ਡਿਗਰੀਆਂ ਲਈ ਫਿਰਦੇ ਆ ਨੌਕਰੀ ਕੋਈ ਨਹੀਂ ਵਿਹਲੇ ਫਿਰਦੇ ਕੀ ਕਰਨਗੇ ਘਰੋਂ ਵੀ ਜੁੱਤੀਆਂ ਫੈਂਦੀਆਂ ਜਾਂ ਦੁਖੀ ਹੋ ਕੇ ਨਸ਼ੇ ਕਰਨਗੇ ਜਾਂ ਫਿਰ ਹਥਿਆਰ ਚੁੱਕਣਗੇ ਜਾਂ ਖੁਦਕੁਸ਼ੀਆਂ ਕਰਨਗੇ ਜੁੜੇ ਲੋਕ ਮੂੰਹ ਟੱਡੀ ਮਾਸਟਰ ਦੀਆਂ ਗੱਲਾਂ ਸੁਣ ਰਹੇ ਸੀ ਤਾਂ ਹੀ ਕਹਿਣਾ ਰੌਲਾ ਇੱਕ ਨਹੀਂ ਐ ਬਥੇਰੇ ਰੌਲੇ ਨੇ ਪੰਜਾਬ ਦੇ ਬਹੁਤੇ ਹਿੰਦੂਆ ਨੇ ਕਦੇ ਵੀ ਆਪਣੇ ਆਪ ਨੂੰ ਪੰਜਾਬੀ ਨਹੀਂ ਸਮਝਿਆ ਜਦੋਂ ਚੰਡੀਗੜ੍ਹ ਪੰਜਾਬ ਦਾ ਕਹਿ ਕੇ ਪੰਜਾਬੀ ਮੋਰਚੇ ਲਾਉਂਦੇ ਐ ਇਹਨਾਂ ਦੇ ਸੂਲ ਹੋਣ ਲੱਗ ਪੈਂਦੇ ਪੰਜਾਬ ਦੇ ਪਾਣੀਆਂ ਦਾ ਡਰ ਫੜ ਪਿਆ ਹੋਇਆ 47 ਦੀ ਵੰਡ ਵੇਲੇ ਸਭ ਨਾਲੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਲੱਖਾਂ ਲੋਕ ਮਾਰੇ ਗਏ ਕਰੋੜਾਂ ਦੀ ਜਾਇਦਾਦ ਤਬਾਹ ਹੋਈ ਆਜ਼ਾਦੀ ਤਾਂ ਲੀਡਰਾਂ ਨੂੰ ਮਿਲੀ ਆਮ ਲੋਕਾਂ ਨੂੰ ਤਾਂ ਚਿੱਟੇ ਲੁਟੇਰੇ ਉੱਠ ਗਏ ਕਾਲੇ ਲੁਟੇਰੇ ਗੱਦੀਆਂ ਤੇ ਬਹਿ ਗਏ ਕੀ ਮਿਲਿਆ ਸਨ ਇੰਨੇ ਵਰੀ ਹੋ ਗਿਆ ਆਜ਼ਾਦੀ ਮਿਲੀ ਨੂੰ ਭੁੱਖ ਮਰੀ ਬੇਰਜ਼ਗਾਰੀ ਹੀੜਾਂ ਦੀਆਂ ਹੀੜਾਂ ਫਿਰਦੀਆਂ ਵਿਹਲੇ ਪੜੇ ਲਿਖਾਂ ਦੀਆਂ ਲੁੱਟਾਂ ਖੋਹਾਂ ਨਾ ਹੋਣਗੀਆਂ ਤਾਂ ਕੀ ਹੋਊਗਾ ਆ ਕੱਲ ਦੀ ਖਬਰ ਹੈ ਮਾਸਟਰ ਨੇ ਅਖਬਾਰ ਦਾ ਪੰਨਾ ਦਿਖਾਇਆ ਕੱਸੀ ਤੋਂ ਪਾਰ ਆਪਣੇ ਲੱਗੇ ਹੀ ਆ ਪਿੰਡ ਕੈਨੇਡਾ ਤੋਂ ਬਜ਼ੁਰਗ ਜੋੜਾ ਆਇਆ ਸੀ 2 ਮਹੀਨੇ ਕੱਟਣ ਆਪਣੇ ਘਰ ਰਾਤ ਨੂੰ ਕਾਲੇ ਕੱਚਿਆਂ ਵਾਲੇ ਆ ਗਏ ਸਭ ਕੁਝ ਲੈ ਗਏ ਲੁੱਟ ਕੇ ਜਾਂਦੇ ਜਾਂਦੇ ਉਹਨਾਂ ਦਾ ਪਿਸਤੌਲ ਵੀ ਲੈ ਗਏ ਕਿਵੇਂ ਆਉਣਗੇ ਇਹ ਲੋਕ ਆਪਣੇ ਮੁਲਕ ਨੂੰ ਦੇਖਣ ਮਾਸਟਰ ਗੁਰਤੇ ਦੀਆਂ ਗੱਲਾਂ ਸੁਣ ਕੇ ਬਜ਼ੁਰਗ ਗਬਰੂ ਸਭ ਸੋਨ ਨੂੰ ਹੀ ਬੈਠੇ ਸੀ ਬਿਸ਼ਨੇ ਦਾ ਪਿਓ ਵੀ ਕਦੋਂ ਦਾ ਆ ਕੇ ਤਖਤ ਪੋਛਤੇ ਬੈਠ ਗਿਆ ਸੀ ਫਿਕਰ ਨਾਲ ਬੋਲਿਆ ਸਾਹਾ ਬੜਾ ਔਖਾ ਵੇਲਾ ਆ ਗਿਆ ਪੰਜਾਬ ਤੇ ਕੀ ਬਣੂ ਤਾਇਆ ਇਸ ਨਾਲੋਂ ਵੀ ਭਿਆਨਕ ਸਮਾਂ ਆਉਣ ਵਾਲਾ ਹੈ ਅੰਮ੍ਰਿਤਸਰ ਚ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਫੌਜ ਜਮਾ ਹੋ ਰਹੀ ਹੈ ਸੰਤ ਪਿੰਡਰਾਂ ਵਾਲਾ ਆਹ ਖਬਰ ਦੱਸਦੀ ਹੈ ਉਹਨੇ ਅਖਬਾਰ ਦੇ ਪੰਨੇ ਤੇ ਉਂਗਲ ਰੱਖੀ ਗੁਰੂ ਨਾਨਕ ਨਵਾਸ ਤੋਂ ਨਿਕਲ ਕੇ ਆਪਣੇ ਸਾਥੀਆਂ ਨਾਲ ਅਕਾਲ ਤਖਤ ਤੇ ਆ ਗਿਆ। ਪਤਾ ਨਹੀਂ ਕੀ ਹੋਣ ਵਾਲਾ ਹੈ। ਹੁਣ ਤਾਂ ਹਰ ਪੱਗ ਦਾੜੀ ਵਾਲੇ ਨੂੰ ਸ਼ੱਕ ਨਾਲ ਵੇਖਿਆ ਜਾਣ ਲੱਗਾ। ਇੱਕ ਗੱਲ ਜਾਣ ਜੋ ਬਜ਼ੁਰਗੋ। ਇੱਕ ਗੱਲ ਜਾਣ ਲੋ ਬਜ਼ੁਰਗੋ ਜੇ ਕੱਲ ਨੂੰ ਕੋਈ ਗੱਲ ਵਾਪਰ ਗਈ ਤਾਂ ਵੇਖ ਲਿਓ। ਪੰਜਾਬ ਦੇ ਬੇਕਸੂਰੇ ਤਿੰਨੇ ਹੱਥੇ ਲੋਕਾਂ ਮਾਰਿਆ ਜਾਣ। ਲੀਡਰ ਭਾਵੇਂ ਚਿੱਟੇ ਹੋਣ, ਨੀਲੇ ਹੋਣ, ਪੀਲੇ ਹੋਣ ਇਹਨਾਂ ਦਾ ਵਾਰ ਵਿੰਗਾ ਨਹੀਂ। ਹਜ਼ਾਰਾਂ ਗੱਬਰੂ ਮਰਵਾ ਕੇ ਇਨਾ ਸਮਝੌਤੇ ਕਰ ਛੱਡਨੇ ਆ ਗੱਲ ਕਰਕੇ ਮਾਸਟਰ ਨੇ ਅਖਬਾਰ ਇਕੱਠਾ ਕਰਕੇ ਕੱਚ 'ਚ ਦੇ ਲਿਆ ਫਿਰ ਹੁਣ ਨੰਬਰਦਾਰ ਰੇਉਂ ਬੋਲਿਆ ਜਿਵੇਂ ਉਹਨੂੰ ਹਰ ਪਾਸੇ ਹਾਹਾਕਾਰ ਮਚੀ ਦਿਸਰੀ ਹੋ ਨੰਬਰਦਾਰ ਚਾਚਾ ਕੀ ਹੋਣਾ ਜਦੋਂ ਲੀਡਰਾਂ ਦੀਆਂ ਨੇਤਾ ਸਾਫ਼ ਨਾ ਹੋ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਦੇਸੀ ਆਪਣੇ ਲੋਕਾਂ ਦਾ ਦੁੱਖ ਨਾ ਦੇਸੀ ਆਹੀ ਕੁਛ ਹੁੰਦਾ ਰਹੂ ਤੁਸੀਂ ਪੁਰਾਣੇ ਬਜ਼ੁਰਗਾਂ ਯਾਦ ਹੋਣਾ ਤੁਹਾਨੂੰ 67 'ਚ ਅਕਾਲੀ ਜਿੱਤ ਗਈ ਸੀ ਫਿਰ 72 'ਚ ਕਾਂਗਰਸ ਜਿੱਤ ਗਈ ਇਹਨਾਂ ਦੀ ਤਾਂ ਵਾਰੀ ਬੰਨੀ ਐ ਉੱਤਰ加ਟੋ ਮੈਂ ਚੜਾ ਬੰਗਲਾਦੇਸ਼ ਬਣ ਗਿਆ ਪਾਕਿਸਤਾਨ ਨਾਲ ਜੰਗ ਜਿੱਤ ਲਈ ਹਵਾ ਕਾਂਗਰਸ ਦੀ ਹਾਕਤ ਸੀ ਜਿੱਤ ਗਈ ਪਰਿੰਦਰਾ ਗਾਂਧੀ ਨੇ ਗਲਤੀਆਂ ਬੜੀਆਂ ਕੀਤੀਆਂ ਸੀ 1977 'ਚ ਇੰਦਰਾ ਨੇ ਐਮਰਜੈਂਸੀ ਲਾਤੀ ਸੀ ਫਿਰ ਅਕਾਲੀਆਂ ਨੇ ਆਨੰਦਪੁਰ ਦਾ ਮਤਾ ਕੱਢ ਲਿਆ ਉਹਨਾਂ ਨੇ ਤਾਂ ਸਾਰੇ ਰਾਜਾਂ ਲਈ ਵੱਧ ਅਧਿਕਾਰ ਮੰਗੇ ਸੀ ਕਿਸੇ ਨੇ ਉਹਨੂੰ ਪੜ੍ਹਿਆ ਨਹੀਂ ਕਾਂਗਰਸੀਆਂ ਨੇ ਆਨੰਦਪੁਰ ਮਤੇ ਨੂੰ ਖੱਊਆ ਬਣਾ ਲਿਆ 76 ਚਿੰਨ ਰਹਕਾਰੀਆਂ ਨਾਲ ਝਗੜਾ ਹੋ ਗਿਆ ਜਦ ਸਾਜ਼ਿਸ਼ ਕਰਵਾਤਾ ਜਾਂ ਸਾਜ਼ਿਸ਼ ਨਾਲ ਕਰਵਾਤਾ ਗਿਆਨੀ ਜੈਲ ਸਿੰਘ ਤਾਂ ਭਾਲਦਾ ਸੀ ਉਹਦੀ ਕੁਰਸੀ ਖੁੱਸ ਗਈ ਸੀ ਉਹਨੇ ਕਾਲੀਆਂ ਨੂੰ ਗੁੱਠੇ ਲਾਉਣ ਲਈ ਸੰਤ ਭਿੰਡਰਾਲੇ ਨੂੰ ਲੱਭ ਲਿਆ ਪੰਜਾਬ ਤੋਂ ਬੰਬਈ ਤੱਕ ਦਿੱਲੀ ਤੱਕ ਕਲਕੱਤੇ ਤੱਕ ਜਿੱਧਰ ਵੀ ਸੰਤ ਜਾਵੇ ਆਪਣੇ ਹਥਿਆਰ ਬੰਦ ਜਥੇ ਨਾਲ ਨਾ ਉਹਨੂੰ ਕਿਸੇ ਸੂਬੇ ਦੀ ਪੁਲਿਸ ਰੋਕੇ ਨਾ ਫੌਜ ਉਹਨ ਜਿਹਾ ਹਥਿਆਰ ਲੈ ਕੇ ਚੱਲਣ ਦੀ ਮਨਾਹੀ ਉਹਨੋਂ ਸੇ ਸੰਤ ਨੂੰ ਅਮਰੇਸਰ ਚ ਫੌਜ ਘੇਰੀ ਬੈਠੀ ਐ ਦੇਖੋ ਕੀ ਬਣਦਾ ਗੁਰਤੇ ਜੁੱਟ ਖੜਾ ਨਿਛਣ ਚੰਗੇ ਨਹੀਂ ਐ ਮਾਸਟਰ ਆ ਸਰਪੰਚ ਬੋਲਿਆ ਇੱਕ ਗੱਲ ਮੇਰੀ ਪੱਲੇ ਬੰਨ ਐ ਇੱਥੇ ਸਾਥ ਚ ਤੂੰ ਜੋ ਦੱਸਿਆ ਅਸੀਂ ਸੁਣ ਲਿਆ ਥਾਂ ਥਾਂੇ ਪ੍ਰਚਾਰ ਨਾ ਕਰਦਾ ਫਿਰ ਤੈਨੂੰ ਪਤਾ ਐ ਮੁੰਡੇ ਹਰ ਪਾਸੇ ਸੂ ਲੈਂਦੇ ਫਿਰਦੇ ਆ ਆਪਣਾ ਪੜਿਆ ਲਿਖਿਆ ਵਿਚਾਰ ਕੇ ਹਾਂ ਸਹੀ ਐ ਗੱਲ ਸਰਪੰਚ ਦੀ ਕਿਸੇ ਦੇ ਮੱਥੇ ਤੇ ਥੋੜਾ ਹੀ ਲਿਖਿਆ ਕੋਲਸ ਵਾਲੇ ਵੀ ਹੁਣ ਤਾਂ ਰਾਤ ਵੇਲੇ ਚੋਲੇ ਪਾਈ ਫਿਰਦੇ ਆ ਨੰਬਰਦਾਰ ਨੇ ਸਮਝਾਇਆ ਰਾਤ ਨੂੰ ਚੋਲੇ ਪਾ ਕੇ ਰੋਟੀਆਂ ਖਾ ਜਾਂਦੇ ਆ ਸੇਰੇ ਆ ਕੇ ਉਹਨਾਂ ਨੂੰ ਘੇਰ ਲੈਂਦੇ ਆ ਅਖੇ ਸਾਨੂੰ ਮੁਖਬਰੀ ਹੋਈ ਆ ਰਾਤ ਇੱਥੋਂ ਰੋਟੀ ਖਾ ਕੇ ਗਏ ਆ ਖੜਕੂ ਆ ਹਾਲ ਐ ਹੁਣ ਤਾਂ ਖੇਤਾਂ 'ਚ ਇਕੱਲੇ ਦੋ ਇਕੱਲੇ ਘਰਾਂ ਦਾ ਨੰਬਰਦਾਰ ਬੋਲਿਆ ਚਾਚਾ ਕੀ ਕਰਨਗੇ ਲੋਕ ਫੇਰ નિર્ਦੋਸ਼ਾਂ ਦੀ ਥਾਣੇ ਲਾ ਜਾ ਕੇ ਖਿੱਚਤੂ ਹੁੰਦੀ ਐ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਆ ਸ਼ਰਿਆ ਬਜ਼ੁਰਗਾਂ ਦੀ ਉਮਰ ਦਾ ਲਿਹਾਜ਼ ਵੀ ਨਹੀਂ ਕਰਦੇ ਦਾੜੀਆਂ ਪੱਟਣ ਤੱਕ ਜਾਂਦੀ ਹੈ ਜਿਹੜਾ ਸੌ ਹੁੰਦਾ ਠਾਣਿਓਂ ਆ ਕੇ ਉਹ ਵੀ ਖੜਕੂ ਬਣ ਜਾਂਦਾ ਜੇ ਸੌਦਾ ਹੋ ਗਿਆ ਮੋਟੀ ਰਕਮ ਮਿਲ ਗਈ ਫੇਰ ਠੀਕ ਆ ਮਾਸਟਰ ਨੇ ਨਿੱਤ ਵਾਪਰਦੀਆਂ ਘਟਨਾਵਾਂ ਦਾ ਵੀਰਵਾ ਦਿੱਤਾ ਆ ਮੈਂ ਤੁਹਾਨੂੰ ਇੱਕ ਪਿੰਡ ਦੀ ਗੱਲ ਸੁਣਾਉਣਾ ਸਾਡੇ ਰਿਸ਼ਤੇਦਾਰ ਹੀ ਹੈਗੇ ਨੇ ਇੱਧਰ ਤਰਨ ਤਾਰਨ ਵੱਲ ਮੀਹਾ ਸਿੰਘ ਦੱਸਣ ਲੱਗਾ ਰਾਤ ਨੂੰ ਆ ਕੇ ਰੋਟੀ ਖਾ ਗਏ ਬਾਬੇ ਸਵੇਰੇ ਪੁਲਿਸ ਆ ਗਈ ਇੱਕ ਬੁੱਢੀ ਨੇ ਪਛਾਣ ਲਿਆ ਪੁਲਿਸ ਵਾਲਾ ਕਹਿੰਦੀ ਆਹ ਭਾਈ ਤਾਂ ਰਾਤ ਝੋਲਾ ਪਾਈ ਫਿਰਦਾ ਸੀ ਖੁੱਲੀ ਦਾੜੀ ਛੱਡ ਕੇ ਚੁੱਪੀ ਭਲੀ ਐ ਹੁਣ ਤਾਂ ਥਾਣਿਆਂ ਚ ਪੰਚਾਇਤ ਦੀ ਨਹੀਂ ਮੰਦਾ ਕੋਈ ਦੜਬਟ ਕੇ ਜ਼ਮਾਨਾ ਕੱਟਣ ਵਾਲੀ ਗੱਲ ਐ ਮੈਂ ਤਾਂ ਅੰਨਾ ਗੱਲ ਜੇ ਪਿਛ ਨਹੀਂ ਦੇ ਪਿਓ ਦੇ ਮੂੰਹ 'ਚ ਹੀ ਸੀ ਕੱਸੀ ਪਾਰੋਂ ਪੁਲੀ ਦੇ ਸੱਜੇ ਹੱਥ ਝੱਲਾਂ 'ਚ ਤੌਰ ਤੌਰ ਗੋਲੀਆਂ ਦੀ ਆਵਾਜ਼ ਸੁਣੀ ਫਿਰ ਜੇ ਘਾਰੇ ਵੱਜੇ ਲੋਕ ਕੱਪੜੇ ਝਾੜਦੇ ਉੱਠ ਖੜੇ ਸਾਰੇ ਕੱਸੀ ਪਾਰ ਵੇਖਣ ਲੱਗਦੇ ਕੁਝ ਬਿਨਾਂ ਸੋਚਿਆਂ ਆਪਣੇ ਘਰਾਂ ਵੱਲ ਵਗ ਤੁਰੇ सरपंच साहब ਇਹਨਾਂ ਲੋਕਾਂ ਦਾ ਕੀ ਕਰੂ ਕੋਈ ਮਾਸਟਰ ਨੇ ਦੁਖੀ ਹੋ ਕੇ ਰੇਵੀਏ ਪਏ ਜਾਂਦੇ ਲੋਕਾਂ ਵੱਲ ਇਸ਼ਾਰਾ ਕਰਕੇ ਕਿਹਾ ਡਰਦੇ ਆ ਮਾਸਟਰ ਸਾਹਿਬ ਸਭ ਨੂੰ ਆਪਣੀ ਜਾਨ ਪਿਆਰੀ ਹੈ सरपंच ਵੀ ਉੱਠ ਕੇ ਜੁੱਤੀ ਪਾਈ ਖੜਾ ਸੀ ਇਹੋ ਜੇ ਲੋਕਾਂ ਨੂੰ ਦੋਵੇਂ ਧਿਰਾਂ ਜਾਣਦੀਆਂ ਨੇ सरपंच ਸਾਹਿਬ ਪੁਲਿਸ ਵੀ ਖੜਕੂਗੀ ਉਹ ਡਰਦਿਆਂ ਨੂੰ ਹੋਰ ਡਰਾਉਂਦੇ ਨੇ ਇਹ ਗੱਲ ਉਹਨਾਂ ਨੂੰ ਰਾਸ ਆਉਂਦੀ ਹੈ ਦੋਹਾਂ ਧਿਰਾਂ ਨੂੰ ਕੋਈ ਰੋਕਣ ਟੋਕਣ ਵਾਲਾ ਹੈ ਨਹੀਂ ਮਨਮਰਜ਼ੀ ਚੱਲਦੀ ਹੈ ਉਹਨਾਂ ਦੀ 5-6 ਵਜੇ ਸ਼ਹਿਰਾਂ ਦੇ ਬਾਜ਼ਾਰ ਬੰਦ ਪਿੰਡਾਂ 'ਚ ਸੁੰਨਸਰਾ ਫਿਰ ਰਾਤ ਵੇਲੇ ਖੜਕਵਾਂ ਦੀ ਸਰਕਾਰ ਚੱਲਦੀ ਹੈ ਦਿਨ ਵੇਲੇ ਪੁਲਸ ਅਫਸਰਾਂ ਤੇ ਫੌਜ ਦੀ ਭੁਗਤ ਕੌਣ ਰਿਹਾ ਹੈ ਆਮ ਬੰਦਾ ਜਿਹਨੂੰ ਆਥਣ ਦੀ ਰੋਟੀ ਦਾ ਫਿਕਰ ਹੈ ਜਿਹਨੇ ਦਿਹਾੜੀ ਕਰਕੇ ਢਿੱਡ ਭਰਨਾ ਹੈ ਜਿਹੜਾ ਉਦੋਂ ਹੀ ਕੱਸੀ ਦੀ ਪੁਲੀ ਵੱਲੋਂ ਕੋਠਿਆਂ ਵੱਲ ਤਿੰਨ ਜਣੇ ਭੱਜੇ ਆਉਂਦੇ ਦੇ ਸੀ ਚੱਲ ਮਾਸਟਰ ਚੱਲੀਏ ਸਰਪੰਚ ਨੇ ਬਿਨ ਬੁਲਾਈ ਬਲਾ ਤੋਂ ਟਲ ਜਾਣਾ ਚੰਗਾ ਸਮਝਿਆ ਸਰਪੰਚ ਸਾਹਿਬ ਰੁਕੋ ਇੱਕ ਮਿੰਟ ਵੇਖ ਤਾਂ ਲਈਏ ਦੂਮੀ ਰੁੱਕ ਕੇ ਭੱਜੇ ਆਉਂਦੇ ਤਿੰਨ ਜਣਿਆਂ ਵੱਲ ਵੇਖਣ ਲੱਗੇ ਧੰਨਵਾਦ ਚਲਦਾ